ਰਾਤਸ਼ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਆਪਣੀ ਜੈਕਟ ਤੇ ਜੈਟ ਸਵੈਟਰ ਤੇ ਬੱਚਿਆਂ ਦੀ ਕੋਟੀਆਂ ਸਵੈਟਰ ਤੇ ਕੈਪ ਵਗੈਰਾ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਆਪਾਂ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਆਪਣਾ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖਦਾ ਹੈ ਇਹ ਨਾ ਇਹ ਆਪਾਂ ਨੂੰ ਦੇਖਣ ਵਿੱਚ ਡਿਜ਼ਾਈਨ ਸੋਹਣਾ ਲੱਗਦਾ ਬਣਾਈ ਵਿੱਚ ਉਹਨਾਂ ਹੀ ਜ਼ਿਆਦਾ ਸਾਨ ਤੇ ਜਿਹੜਾ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਪਾਂ ਔਰ ਨੰਬਰ ਚ ਕੁੰਡੇ ਲੈਣੇ ਝੋਟੇ ਚ ਕੁੰਡੇ ਨਹੀਂ ਲੈਣੇ ਮੈਂ ਤੁਹਾਨੂੰ ਇਹ ਡਿਜ਼ਾਈਨ 31 ਕੁੰਡਿਆਂ ਤੇ ਬਣਾ ਕੇ ਦਿਖਾਵਾਂਗੀ ਇਹ ਥੋੜਾ ਜਿਹਾ ਡਿਜ਼ਾਈਨ ਮੇਰਾ ਬਣਾਇਆ ਹੋਇਆ ਹੈ ਇਹਦੇ ਉੱਪਰ ਹੀ ਆਪਾਂ ਹੋਰ ਡਿਜ਼ਾਈਨ ਬਣਾਵਾਂਗੇ ਇਹ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਹ ਉਲਟੇ ਪਾਸੇ ਤੋਂ ਸ਼ੁਰੂ ਹੁੰਦਾ ਸਿੱਧੇ ਪਾਸੇ ਤੋਂ ਜਦੋਂ ਆਪਾਂ ਬਾਰਡਰ ਬਣਾਉਣਾ ਤਾਂ ਸਿੱਧੇ ਪਾਸੇ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਨਹੀਂ ਕਰਨ ਸਿੱਧੇ ਪਾਸੇ ਤੋਂ ਆਪਾਂ ਇੱਕ ਲਾਈਨ ਬਣਾ ਲੈਣੀ ਹੈ ਤੇ ਉਲਟੇ ਪਾਸੇ ਤੋਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤੇ ਅੱਠ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਅੱਠ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਹੈ ਤੇ ਚਲੋ ਫਿਰ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਿਹੜਾ ਸ਼ੁਰੂ ਕਰਦੇ ਹਾਂ ਉਲਟੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਪੈਕ ਗੁੰਡਾ ਬਣਾ ਲੈਣਾ ਉਲਟਾ ਜਿੰਨੇ ਵੀ ਆਪਾਂ ਔਡ ਨੰਬਰ ਚ ਗੁੰਡੇ ਲਏ ਹੋਣਗੇ ਔਡ ਨੰਬਰ ਜਿਵੇਂ 3 5 11 ਇਸ ਤਰ੍ਹਾਂ ਜੋਟੇ ਚ ਨਹੀਂ ਹੋਣੀ ਚਾਹੀਦੀ ਆਪਣੀ ਇੱਕ ਗੁੰਡਾ ਆਪਾਂ ਬਣਾਵਾਂਗੇ ਉਲਟਾ ਹੁਣ ਤਾਗਾ ਕਰਾਂਗੇ ਆਪਾਂ ਪਿੱਛੇ ਸਿੱਧੇ ਪਾਸੇ ਵਾਲੇ ਇਧਰ ਤਾਗਾ ਇਧਰ ਕਰ ਲੈਣਾ ਇਹ ਆਪਣਾ ਉਲਟ ਪਾਸਾ ਹੈ ਉਲਟ ਪਾਸੇ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਹੈ ਇੱਕ ਗੁੰਡਾ ਆਪਾਂ ਕਰਾਂਗੇ ਇਸ ਤਰ੍ਹਾਂ ਸਲਿੱਪ फिर एक कुंडा बनावा गे आप उल्टा फिर एक कूडा करा थ्रेड पिछे करके इस तरह स्लिप इस तरह कुंडा स्लिप करना इस तरह नहीं स्लिप करना एक कुंडा की स्लिप फिर एक कुंडा बनाया उल्टा एक कुंडा किया स्लिप एक बनाया उल्टा ਇੱਕ ਕੀਤਾ ਸਲਿੱਪ ਇੱਕ ਬਣਾਇਆ ਉਲਟਾ ਇੱਕ ਕੀਤਾ ਸਲਿੱਪ ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਬਣਾ ਕੇ ਇਹ ਕੰਪਲੀਟ ਕਰ ਲੈਣੀ ਹੈ ਇੱਕ ਗੁੰਡਾ ਉਲਟਾ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਲਾਸਟ ਤੇ ਆਪਣਾ ਗੁੰਡਾ ਆ ਜੂਗਾ ਉਲਟਾ ਇਸ ਤਰ੍ਹਾਂ ਇੱਕ ਸਲਾਈ ਆਪਾਂ ਡਿਜ਼ਾਈਨ ਦੀ ਕੰਪਲੀਟ ਕਰ ਲਈ ਹੁਣ ਆਪਾਂ ਦੂਸਰੀ ਸਲਾਈ ਤੇ ਸਿੱਧੇ ਪਾਸੇ ਤੇ ਜਿਹੜਾ ਆਪਾਂ ਗੁੰਡਾ ਸਲਿੱਪ ਕਰਦੇ ਹਾਂ ਤਾਂ ਅੱਗੇ ਇਧਰ ਕਰਕੇ ਤਾਂ ਇਸ ਤਰ੍ਹਾਂ ਆਪਣਾ ਜਿਹਾ ਥ੍ਰੈਡਾ ਹੀ ਆ ਜਾਂਦਾ ਹੈ ਹਾਂ ਜਿਹੜਾ ਆਪਾਂ ਕੁੰਡਾ ਉਧਰ ਉਲਟਾ ਬਣਾਇਆ ਇਹ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਆਪਾਂ ਅੱਗੇ ਜਿਹੜਾ ਕੁੰਡਾ ਸਲਿੱਪ ਕੀਤਾ ਉਹਨੂੰ ਆਪਾਂ ਉਲਟਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਕੁੰਡਾ ਆਪਣਾ ਸਿੱਧਾ ਥ੍ਰੈਡ ਅੱਗੇ ਇਹ ਕੁੰਡਾ ਆਪਣਾ ਉਲਟਾ ਇਹ ਕੁੰਡਾ ਆਪਣਾ ਸਿੱਧਾ ਸਲੈਪ ਕੀਤਾ ਹੋਇਆ ਗੁੰਡਾ ਉਲਟਾ ਇਹ ਗੁੰਡਾ ਆਪਣਾ ਸਿੱਧਾ ਇਹ ਗੁੰਡਾ ਆਪਣਾ ਸਲੈਪ ਕੀਤਾ ਜਿਹੜਾ ਉਲਟਾ ਇਹ ਗੁੰਡਾ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ ਇਹ ਦੋ ਸਲਾਈਆਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗਈਆਂ ਤੇ ਹੁਣ ਆਪਾਂ ਤੀਸਰੀ ਸਲਾਈ ਤੇ ਉਲਟ ਪਾਸੇ ਤੇ ਉਲਟ ਪਾਸੇ ਤੇ ਆਪਾਂ ਉਸੇ ਤਰ੍ਹਾਂ ਜਿਹੜਾ ਗੁੰਡਾ ਇੱਧਰ ਆਪਾਂ ਨੂੰ ਸਿੱਧਾ ਜਿਹੜਾ ਆਪਣਾ ਗੁੰਡਾ ਸਿੱਧਾ ਇੱਧਰ ਇੱਧਰ ਬਣਾਉਣਾ ਉਲਟਾ ਜਿਹੜਾ ਇੱਧਰ ਉਲਟਾ ਇੱਧਰ ਬਣਾਉਣਾ ਸਿੱਧਾ ਇਹ ਕੁੰਡਾ ਹੁਣ ਆਪਣਾ ਉਧਰ ਸਿੱਧਾ ਹੈ ਇੱਧਰ ਬਣਾਵਾਂਗੇ ਆਪਾਂ ਉਲਟਾ ਇਸ ਤਰ੍ਹਾਂ ਫੈਡ ਕਰਾਂਗੇ ਪਿੱਛੇ ਇਹ ਕੁੰਡਾ ਉਧਰ ਉਲਟਾ ਹੈ ਇੱਧਰ ਬਣਾਵਾਂਗੇ ਆਪਾਂ ਸਿੱਧਾ ਉਸੇ ਤਰ੍ਹਾਂ ਇੱਕ ਕੁੰਡਾ ਆਪਣਾ ਉਲਟਾ ਆ ਜਾਊਗਾ ਇੱਧਰ ਇੱਕ ਕੁੰਡਾ ਸਿੱਧਾ ਜੋ ਕੁੰਡਾ ਆਪਾਂ ਨੂੰ ਜੈਸ ਤਰ੍ਹਾਂ ਦਾ ਦਿਖਦਾ ਉਸੇ ਤਰ੍ਹਾਂ ਲਈ ਆਪਾਂ ਬਣਾਉਣਾ ਹੈ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਐਸੇ ਤਰ੍ਹਾਂ ਆਪਾਂ ਸਾਰੀ ਸਲਾਈ ਬਣਾ ਕੇ ਇਹ ਕੰਪਲੀਟ ਕਰ ਲੈਣੀ ਹੈ। ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇਸ ਤਰ੍ਹਾਂ। ਤੀਸਰੀ ਸਲਾਈ ਆਪਣੀ ਡਿਜ਼ਾਈਨ ਦੀ ਹੈ। ਹੁਣ ਤਿੰਨ ਸਲਾਈਆਂ ਆਪਣੀ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਹੁਣ ਆਪਾਂ ਚੌਥੀ ਸਲਾਈ ਤੇ ਹਾਂ ਸਿੱਧੇ ਪਾਸੇ ਤੇ। ਚੌਥੀ ਸਲਾਈ ਆਪਣੀ ਇਸ ਤਰ੍ਹਾਂ ਬਣਾਉਣੀ ਹੈ। ਇੱਕ ਕੁੰਡਾ ਤਾਂ ਆਪਣਾ ਜਿਹੜਾ ਸਿੱਧਾ ਇਹਨੂੰ ਸਿੱਧਾ ਬਣਾ ਲੈਣਾ ਇਸ ਤਰ੍ਹਾਂ। ਹੁਣ ਜਿਹੜਾ ਆਪਣਾ ਉਲਟਾ ਕੁੰਡਾ ਆ ਰਿਹਾ ਇਸ ਤਰ੍ਹਾਂ ਤੇ ਜਿਹੜਾ ਆਪਣਾ ਸਲਿੱਪ ਕੀਤਾ ਹੋਇਆ ਧਾਗਾ ਇਸ ਤਰ੍ਹਾਂ ਜਿਹੜਾ ਆਪਾਂ ਸਲਿੱਪ ਕਰਦੇ ਹੋਏ ਕੁੰਡੇ ਨੂੰ ਅੱਗੇ ਕੀਤਾ ਸੀ ਇਸ ਤਰ੍ਹਾਂ ਇਹ ਵਾਲਾ ਇਹ ਆਪਾਂ ਚੱਕ ਲੈਣਾ ਇਸ ਤਰ੍ਹਾਂ ਸਲਾਈ ਉੱਪਰ ਫਿਰ ਜਿਹੜਾ ਆਪਣਾ ਉਲਟਾ ਕੁੰਡਾ ਇਹਨੂੰ ਆਪਾਂ ਸਿੱਧਾ ਬਣਾਈ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਹ ਕੁੰਡਾ ਦੇ ਉੱਪਰ ਦੀ ਸੁੱਟ ਦੇਣਾ ਫਿਰ ਫਿਰ ਅੱਗੇ ਆਪਣਾ ਕੁੰਡਾ ਸਿੱਧਾ ਇਹਨੂੰ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫੇਰ ਅੱਗੇ ਉਸੇ ਤਰ੍ਹਾਂ ਉਲਟਾ ਕੁੰਡਾ ਆ ਗਿਆ ਆਪਣਾ ਜਿਹੜਾ ਆਪਣਾ ਤੀਸਰਾ ਕੁੰਡਾ ਸਲਿੱਪ ਕੀਤਾ ਹੋਇਆ ਧਾਗਾ ਇਹਨੂੰ ਇਸ ਤਰ੍ਹਾਂ ਸਲਾਈ ਉੱਪਰ ਚੱਕ ਲੈਣਾ ਫੇਰ ਉਲਟੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਇਹ ਚੱਕਿਆ ਹੋਇਆ ਕੁੰਡਾ ਹੁਣ ਆਪਾਂ ਇਹਦੇ ਉੱਪਰ ਦੀ ਸੌਟ ਦੇਣਾ ਇਸ ਤਰ੍ਹਾਂ ਫੇਰ ਅਗਲਾ ਕੁੰਡਾ ਆਪਣਾ ਸਿੱਧਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਹੁਣ ਆਪਾਂ ਅੱਗੇ ਉਸੇ ਤਰ੍ਹਾਂ ਹੀ ਬਣਾਉਣਾ ਜਿਹੜਾ ਆਪਣਾ ਉਲਟਾ ਕੁੰਡਾ ਹੈ ਇਹਦੇ ਨੀਚੇ ਜਿਹੜਾ ਆਪਣਾ 1 2 3 ਤੀਸਰਾ ਕੁੰਡਾ ਹੈ ਸਲਿੱਪ ਕੀਤਾ ਹੋਇਆ ਇਸ ਤਰ੍ਹਾਂ ਇਹਨੂੰ ਫਸ ਲਾਈ ਉੱਪਰ ਚੱਕ ਲੈਣਾ ਇਸ ਤਰ੍ਹਾਂ ਤੇ ਫਿਰ ਉਲਟਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਤੇ ਇਹਨੂੰ ਆਪਾਂ ਚੱਕੇ ਹੋਏ ਕੁੰਡੇ ਨੂੰ ਇਹਦੇ ਉੱਪਰ ਦੀ ਛੁੱਟ ਦੇਣਾ ਫਿਰ ਆਪਣਾ ਸਿੱਧਾ ਕੁੰਡਾ ਜਿਹੜਾ ਸਿੱਧਾ ਬਣਾ ਲੈਣਾ ਫੇਰ ਆਪਾਂ ਉਲਟਾ ਕੁੰਡਾ ਜਿਹੜਾ 1 2 3 ਤੀਸਰਾ ਕੁੰਡਾ ਜਿਹੜਾ ਆਪਣਾ ਇਹ ਸਲਿੱਪ ਕੀਤਾ ਹੋਇਆ ਇਹ ਆਪਾਂ ਚੱਕ ਲੈਣਾ ਫੇਰ ਉਸੇ ਤਰ੍ਹਾਂ ਉਲਟਾ ਕੁੰਡਾ ਸਿੱਧਾ ਬਣਾ ਕੇ ਇਹ ਦੇ ਉੱਪਰ ਦੀ ਸੁੱਟ ਦੇਣਾ ਆਪਾਂ ਸਿੱਧਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਹ ਸਾਰੀ ਸਿਲਾਈ ਆਪਾਂ ਐਸੀ ਤਰ੍ਹਾਂ ਹੀ ਬਣਾਉਣੀ ਹੈ ਇਹ ਲਾਸਟ ਤੇ ਮੈਂ ਤੁਹਾਨੂੰ ਥੋੜਾ ਜਿਆ ਫੇਰ ਦੱਸੂਗੀ ਸੇਲਾਈ ਬਣਾਉਂਦੇ ਹੋਏ ਇਸ ਤਰ੍ਹਾਂ ਲਾਸਟ ਤੇ ਆ ਜੀ ਲਾਸਟ ਤੇ ਫਿਰ ਉਸੇ ਤਰ੍ਹਾਂ ਆਪਾਂ ਜਿਹੜਾ ਉਲਟਾ ਕੁੰਡਾ ਆਪਾਂ 1 2 3 ਜਿਹੜਾ ਆਪਣਾ ਇਹ ਤੀਸਰਾ ਤਾ ਗਿਆ ਇਸ ਤਰ੍ਹਾਂ ਜੇ ਆਪਾਂ ਕੁੰਡਾ ਸਲਿੱਪ ਕੀਤਾ ਸੀ ਇੱਧਰ ਕਰਕੇ ਥਰੈਡ ਉਹਨੂੰ ਆਪਾਂ ਸਲਾਈ ਉੱਪਰ ਚੱਕਣਾ ਉਲਟਾ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਸਿੱਧਾ ਚੱਕਿਆ ਹੋਇਆ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਆਪਾਂ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਆਪਣਾ ਸਿੱਧਾ ਇਹਨੂੰ ਸਿੱਧਾ ਬਣਾਈ ਕਰ ਲੈਣਾ ਫਿਰ ਅੱਗੇ ਆਪਣਾ ਉਸੇ ਤਰ੍ਹਾਂ ਤੀਸਰਾ ਕੁੰਡਾ ਇਸ ਤਰ੍ਹਾਂ ਜਿਹੜਾ ਤੀਸਰਾ ਧਾਗਾ ਆਪਣੇ ਚੱਕ ਲੈਣ ਇਹਨੂੰ ਬਣਾ ਲੈਣਾ ਆਪਾਂ ਸਿੱਧਾ ਤੇ ਇਹਨੂੰ ਆਪਾਂ ਉੱਪਰ ਦੀ ਸਟ ਦੇਣਾ ਲਾਸਟ ਵਾਲਾ ਕੁੰਡਾ ਆਪਣਾ ਜਿੱਦਾ ਬਣਾਓ ਚਾਹੇ ਉਲਟਾ ਇਸ ਤਰ੍ਹਾਂ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ हम आपवी सिलाई तो उल्ट पासी ती हूँ आप आ गए पंजी सिलाई तो उल्ट पासी ती हूँ इतने अपने डिजाइन की थोड़ी जी जगह चेंज होगी जिमें अपना डिजाइन ही बन आ रहा ये आप इत दो दो कुे पहला उल्टे बना लागे दो कुंडे बनावेंगे उल्टे इस तरह फिर थ्रेड करेंगे पीछे एक कुंडा करेंगे स्लिप इस तरह थ्रेड अगे हूँ एक कूडा उल्टा एक कुंडा स्लिप पहली सिलाई की तरह एक कूडा उल्टा एक स्लिप एक कूडा उल्टा एक स्लिप तो लास्ट तो अपने दो कुंडे उल्टे आ जाएंगे। ਇਸੇ ਤਰ੍ਹਾਂ ਆਪਾਂ ਪੰਜਵੀਂ ਸਲਾਈ ਸਾਰੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਹੁਣ ਆਪਾਂ ਛੇਵੀਂ ਸਲਾਈ ਤੇ ਸਿੱਧੇ ਪਾਸੇ ਤੇ ਜਿਹੜੇ ਕੁੰਡੇ ਆਪਾਂ ਉਧਰ ਉਲਟੇ ਬਣਾਏ ਇੱਧਰ ਸਿੱਧੇ ਜਿਹੜੇ ਉਧਰ ਸਿੱਧੇ ਇੱਧਰ ਉਲਟੇ ਬਣਾਉਣੇ ਇਹ ਆਪਣੇ ਦੋ ਕੁੰਡੇ ਉਲਟੇ ਉਧਰ ਇੱਧਰ ਬਣਨਗੇ ਸਿੱਧੇ ਦੋ ਸਿੱਧੇ ਇਸ ਲਈ ਆਪ ਕੀਤਾ ਹੋਇਆ ਕੁੰਡਾ ਉਲਟਾ thread ਪਿੱਛੇ ਹੁਣ ਆਪਣਾ ਆਊਗਾ ਇੱਕ ਕੁੰਡਾ ਸਿੱਧਾ ਸਲੇਪ ਕੀਤਾ ਹੋਇਆ ਕੁੰਡਾ ਉਲਟਾ ਇੱਕ ਸਿੱਧਾ ਸਲੇਪ ਕੀਤਾ ਹੋਇਆ ਕੁੰਡਾ ਉਲਟਾ ਤੇ ਲਾਸਟ ਵਿੱਚ ਆਪਣੇ ਦੋ ਸਿੱਧੇ ਕੁੰਡੇ ਆ ਜਾਣਗੇ ਇਸੇ ਤਰ੍ਹਾਂ ਆਪਾਂ ਸਾਰੀ ਸਲਾਈ ਬਣਾ ਲੈਣੀ ਹੈ ਛੇਮੀ ਹੁਣ ਸੱਤਵੀਂ ਸਲਾਈ ਆਪਣੀ ਉਲਟ ਪਾਸੇ ਤੋਂ ਤੀਸਰੀ ਸਲਾਈ ਦੀ ਤਰ੍ਹਾਂ ਇਹ ਦੋ ਕੁੰਡੇ ਆਪਣੇ ਉਧਰ ਸਿੱਧੇ ਆ ਪਹਿਲਾਂ ਆਪਾਂ ਇਹਨਾਂ ਨੂੰ ਉਲਟੇ ਬਣਾਵਾਂਗੇ ਇਦੋ ਕੁੰਡੇ ਉਲਟੇ ਬਣਨਗੇ ਆਪਣੇ ਜਿਹੜੇ ਉਧਰ ਸਿੱਧੇ ਉਲਟੇ ਜਿਹੜੇ ਉਧਰ ਉਲਟੇ ਇਧਰ ਸਿੱਧੇ ਫਿਰ ਹੁਣ ਆਪਣਾ ਆ ਗਿਆ ਇੱਕ ਕੁੰਡਾ ਸਿੱਧਾ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਦਾ ਇਹ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਐਸੀ ਤਰ੍ਹਾਂ ਸਾਰੀ ਸਿਲਾਈ ਬਣਾ ਲੈਣੀ ਤੇ ਲਾਸਟ ਤੇ ਆਪਣੇ ਦੋ ਕੁੰਡੇ ਉਲਟੇ ਆ ਜਾਣਗੇ ਹੁਣ ਆਪਣੀ 8ਵੀਂ ਤੇ ਲਾਸਟ ਸਲਾਈ ਸਿੱਧੇ ਪਾਸੇ ਤੋਂ ਚੌਥੀ ਸਲਾਈ ਦੀ ਤਰ੍ਹਾਂ ਬਣਾਉਣੀ ਆਪਾਂ ਇਹ ਹੁਣ ਇਹ ਦੋ ਕੁੰਡੇ ਆਪਣੇ ਸਿੱਧੇ ਇਹਨਾਂ ਨੂੰ ਆਪਾਂ ਪਹਿਲਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਹੁਣ ਜਿਹੜਾ ਕੁੰਡਾ ਆਪਣਾ ਉਲਟ ਹੈ ਉਸੇ ਤਰ੍ਹਾਂ 1 2 3 ਜਿਹੜਾ ਆਪਣਾ ਸਲਿੱਪ ਕੀਤਾ ਹੋਇਆ ਧਾਗਾ ਇਹ ਚੌਥੀ ਚਲਾਈ ਦੀ ਤਰ੍ਹਾਂ ਬਣਾਉਣੀ ਹੈ ਇਹਨੂੰ ਆਪਾਂ ਸਲਾਈ ਉੱਪਰ ਚੱਕਣਾ ਤੇ ਫਿਰ ਆਪਾਂ ਇਹ ਕੁੰਡਾ ਬਣਾ ਲੈਣਾ ਸਿੱਧਾ ਸਲੇਪਾ ਕੀਤਾ ਹੋਇਆ ਕੁੰਡਾ ਦੇ ਉੱਪਰ ਦੀ ਸੌਰੀ ਜਿਹੜਾ ਆਪਾਂ ਥ੍ਰੈਡ ਚੱਕਿਆ ਹੋਇਆ ਇਹਦੇ ਉੱਪਰ ਦੀ ਛੱਟ ਦੇਣਾ ਹੈ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਆਪਣਾ ਸਿੱਧਾ-ਸਿੱਧਾ ਬਣਾ ਲੈਣਾ ਅੱਗੇ ਫਿਰ ਉਸੇ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਜਿਹੜਾ ਆਪਣਾ 1 2 3 ਤੀਸਰਾ ਹੀ ਕੁੰਡਾ ਜਿਹੜਾ ਆਪਣਾ ਥ੍ਰੈਡ ਚੱਕਿਆ ਇਸ ਨੂੰ ਸਲਾਈ ਉੱਪਰ ਉਲਟਾ ਕੁੰਡਾ ਬਣਾਇਆ ਆਪਾਂ ਸਿੱਧਾ ਜਿਹੜਾ ਸਲਾਈ ਉੱਪਰ ਆਪਾਂ ਇਹ ਚੱਕਿਆ ਥ੍ਰੈਡ ਇਹਨੂੰ ਆਪਾਂ ਇਹ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਅਗਲਾ ਕੁੰਡਾ ਆਪਣਾ ਸਿੱਧਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਸਾਰੀ ਸਲਾਈ ਆਪਾਂ ਚੌਥੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਇਹ ਤੇ ਲਾਸਟ ਵਿੱਚ ਆਪਣੇ ਦੋ ਕੁੰਡੇ ਸਿੱਧੇ ਆ ਜਾਣਗੇ ਇਸੇ ਤਰ੍ਹਾਂ ਆਪਾਂ ਨਹੀਂ ਅੱਠਵੀਂ ਤੇ ਲਾਸਟ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਹੁਣ ਆਪਣਾ ਜਿਵੇਂ ਤੀਸਰਾ ਕੁੰਡਾ ਉਲਟਾ ਕੁੰਡਾ ਇਹਦੇ ਵਿੱਚ ਜਿਹੜਾ 1 2 ਤੀਸਰਾ ਜਿਹੜਾ ਥ੍ਰੈਡ ਆਪਣਾ ਇਸ ਤਰ੍ਹਾਂ ਇਹ ਆਪਾਂ ਕੁੰਡਾ ਸਲੇਪ ਕੀਤਾ ਸੀ ਇਹਨੂੰ ਚੱਕਣਾ ਫਿਰ ਇਹਨੂੰ ਇਸ ਤਰ੍ਹਾਂ ਉਲਟੇ ਕੁੰਡੇ ਨੂੰ ਸਿੱਧਾ ਬਣਾਉਣਾ ਹੈ ਇਹ ਆਪਾਂ ਇਹਦੇ ਉੱਪਰ ਦੀ ਸਟ ਦੇਣਾ ਐਸ ਤਰ੍ਹਾਂ ਅਗਲਾ ਕੁੰਡਾ ਆਪਣਾ ਸਿੱਧਾ ਸਿੱਧਾ ਬਣਾ ਲੈਣਾ ਇਸੇ ਤਰ੍ਹਾਂ ਬਣਾ ਲੈਣੀ ਸਾਰੀ ਸਿਲਾਈ ਅੱਠ ਸਿਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋਊਗਾ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਇਹੀ ਅੱਠ ਸਿਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਜਦੋਂ ਹੁਣ ਆਪਾਂ ਡਿਜ਼ਾਈਨ ਹੈ ਜਿਹੜਾ ਆਪਣਾ ਦੁਆਰਾ ਸਟਾਰਟ ਕਰਨਾ ਉਸੇ ਤਰ੍ਹਾਂ ਉਲਟ ਪਾਸੇ ਤੋਂ ਪਹਿਲੀ ਚਲਾਈ ਇਕਲ ਟੈਕ ਸਲਿੱਪ ਇਕਲ ਟੈਕ ਸਲਿੱਪ ਇਸ ਤਰ੍ਹਾਂ ਤੁਸੀਂ ਵੀ ਇਸ ਡਿਜ਼ਾਈਨ ਨੂੰ ਜਰੂਰ ਬਣਾ ਕੇ ਦੇਖਿਓ ਜੀ ਤੇ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਲੱਗਿਆ ਧੰਨਵਾਦ